ਵਾਹਿਗੁਰੂ ਅਕਾਲ ਸਾਹਿਬ ਵਾਹਿਗੁਰੂ ਫਤਿਹ। ਪ੍ਰੋਗਰਾਮ ਮਨ ਕੀ ਬਾਤ ਵਿੱਚ ਮੇਰਾ ਅੱਜ ਬੋਲਣ ਦਾ ਵਿਸ਼ਾ ਹੈ ਚੜ੍ਹਦੇ ਸੂਰਜ ਨੂੰ ਸਲਾਮ, ਨਹੀਂ ਤਾਂ ਹੋ ਨਹੀਂ ਸਕਦਾ ਤੁਹਾਡਾ ਕੋਈ ਕੰਮ। ਮੈਂ ਇਸ ਵੇਲੇ ML69 ਸਾਊਥ ਸਿਟੀ ਕਲੱਬ ਦੇ ਬਾਹਰ ਬੈਠਾ ਅਤੇ ਇਹਨਾਂ ਦਾ ਇੱਕ ਇੰਸੀਡੈਂਟ ਈਵੈਂਟ ਹੋਇਆ ਸੀ ਪਿੱਛੇ ਜੇ ਹੋਲੀ ਹੈ, ਜਿਹਦੇ ਵਿੱਚ ਕਈ ਤਰ੍ਹਾਂ ਦੇ ਸਨੈਕਸ ਅਤੇ ਗੀਤ ਸੰਗੀਤ ਸੀ ਅਤੇ ਇਸੇ ਬਹਾਨੇ ਇਹਨਾਂ ਦੇ ਹੋਟਲ ਦੀ ਐਡ ਵੀ ਹੋ ਜਾਂਦੀ ਹੈ ਅਤੇ ਕਪਲਸ ਆ ਕੇ ਇੰਜੋਏ ਵੀ ਕਰਦੇ ਨੇ ਅਤੇ ਖਾਂਦੇ ਪੀਂਦੇ ਨੇ ਅਤੇ ਅੱਛਾ ਲੱਗਦਾ। ਅਤੇ ਮੈਂ ਇਹ ਸਾਰੀ ਇਨਫੋਰਮੇਸ਼ਨ ਲੈਣ ਵਾਸਤੇ ਇਹਨਾਂ ਦੇ ਕਲੱਬ ਆਇਆ ਅਤੇ ਮੈਨੂੰ ਉੱਥੇ ਕੁਛ ਖਾਣ ਪੀਣ ਦਾ ਮੌਕਾ ਮਿਲਿਆ, ਖਾਣਾ ਪੀਣਾ ਅੱਛਾ ਸੀ ਅਤੇ ਫਾਉਂਟੇਨਸ ਅਤੇ ਬਹੁਤ ਸਾਰਾ ਅੱਛਾ ਇਨਵਾਇਰਮੈਂਟ, ਮੈਨੂੰ ਚੰਗਾ ਲੱਗਾ। ਅਤੇ ਅੱਜ ਮੇਰੇ ਮੋਬਾਈਲ 'ਤੇ ਇਹਨਾਂ ਦੀ ਮਿਸ ਵਾਇਸ ਕਾਲ ਆਈ ਕਿ ਤੁਸੀਂ ਕੋਈ ਈਵੈਂਟ ਕਰ ਰਹੇ ਜਿਹਦੇ 'ਚ ਕੋਈ ਮਿਸਟਰ ਅਲੀ ਹੈਗੇ ਨੇ ਤੁਹਾਡੇ ਸੂਫੀ ਸਿੰਗਰ, ਉਹ ਆ ਰਹੇ ਨੇ ਅਤੇ ਮੈਂ ਜਿਹੜੀ ਕੰਸਰਨ ਮੈਡਮ ਦੇ ਮਨਪ੍ਰੀਤ ਉਹਨਾਂ ਨੂੰ ਪੁੱਛਿਆ ਵੀ ਬੇਟਾ ਜੀ ਵੀ ਇਹਦੀ ਕੋਈ ਟਿਕਟ ਹੈ ਜਾਂ ਵੈਸੇ, ਕਹਿੰਦੇ ਜੀ ਇਹਦੀ ਟਿਕਟ ਕੋਈ ਨਹੀਂ ਹੈ, ਯੂ ਆਰ ਮੋਸਟ ਵੈਲਕਮ। ਜਦੋਂ ਮੈਂ ਇੱਥੇ ਪਹੁੰਚਿਆ ਅਤੇ ਇਹਨਾਂ ਦੇ ਨੀਚੇ ਜਿਹੜੇ ਗਾਰਡ ਨੇ ਉਹਨਾਂ ਕਿਹਾ ਜੀ ਓਨਲੀ ਕਪਲ ਇਜ਼ ਅਲਾਊਡ। ਮੈਂ ਕਿਹਾ ਜੀ ਕਪਲ ਅਲਾਊਡ ਹੈ ਅਤੇ ਮੈਡਮ ਕਹਿ ਦਿੰਦੇ ਵੀ ਕਪਲ ਅਲਾਊਡ ਹੈ ਅਤੇ ਮੈਂ ਵਾਈਫ ਨੂੰ ਲਿਆ ਹੁੰਦਾ, ਨੋ ਪ੍ਰੋਬਲਮ। ਪਰ ਆ ਕੇ ਇੱਕ ਸੀਨੀਅਰ ਸਿਟੀਜ਼ਨ ਨੂੰ ਕਹਿਣਾ ਵੀ ਕਪਲ ਹੀ ਅਲਾਊਡ ਹੈ, ਦੈਟ ਇਜ਼ ਵੈਰੀ ਰੋਂਗ। ਤਾਂ ਮੇਰੇ ਬੜੇ ਪਰਮ ਮਿੱਤਰ ਨੇ ਸਰਦਾਰ ਬਹਾਦਰ ਸਰਦਾਰ ਚਰਨਜੀਤ ਸਿੰਘ ਅਟਵਾਲ ਸਾਹਿਬ, ਜਿਹੜੇ ਦੋ ਵਾਰੀ ਵਿਧਾਨਸਭਾ ਸਪੀਕਰ ਹੈ ਚੁੱਕੇ ਨੇ, ਲੋਕ ਸਭਾ ਡਿਊਟੀ ਸਪੀਕਰ, ਬਹੁਤ ਵੱਡੀ ਸ਼ਖਸੀਅਤ ਇਸ ਵੇਲੇ ਮਨਜ਼ੂਰੀ ਨੇ, ਅਤੇ ਉਹਨਾਂ ਨੂੰ ਉੱਥੋਂ ਮੈਡਮ ਮਨਪ੍ਰੀਤ ਨੂੰ ਜਾਂ ਇਹਨਾਂ ਦੇ ਅਤੇ ਹੋਰ ਇੱਕ ਲਕਸ਼ਮਣ ਸਰ ਹੈਗੇ ਨੇ, ਮੈਂ ਜਦੋਂ ਫੋਨ ਕੀਤਾ ਵੀ ਸੁਰਜੀਤ ਸਿੰਘ ਜੀ ਮੇਰੇ ਬੇਟੇ ਬਣੇ ਹੋਏ ਨੇ ਅਤੇ ਸੀਨੀਅਰ ਸਿਟੀਜ਼ਨ ਨੇ, ਜੋ ਖੁਦ ਇੱਕ ਸਿੰਗਰ ਨੇ, ਅਤੇ ਉਹਨਾਂ ਨੂੰ ਜ਼ਰੂਰ ਅਟੈਂਡ ਕਰਵਾਓ। ਅਤੇ ਉਹਨਾਂ ਨੇ ਆਪਣੀ ਬੇਬਸੀ ਸ਼ੋਅ ਕੀਤੀ ਹੈਗੀ, ਅਸੀਂ ਸੋਏ ਕੱਪ ਤੋਂ ਅਲਾਊ ਨਹੀਂ ਕਰਦੇ। ਸੋ ਇੱਥੋਂ ਪਤਾ ਲੱਗਦਾ ਕਿ ਇਹ ਜਿਹੜੇ ਹੋਟਲਾਂ ਵਾਲੇ ਮੈਨੇਜਮੈਂਟ, ਇਹਨਾਂ ਨੂੰ ਸ਼ਖਸੀਅਤ ਦੀ ਵੀ ਕਦਰ ਨਹੀਂ ਹੈ। ਸਿਰਫ ਚੜ੍ਹਦੇ ਸੂਰਜ ਦਾ ਕੰਮ ਹੈ, ਇਹੀ ਫੋਨ ਆਇਆ ਹੁੰਦਾ ਭਗਵੰਤ ਮਾਨ ਦਾ ਜਾਂ ਗੋਗੀ ਦਾ ਜਾਂ ਈਵਨ ਕੋਈ ਕੌਂਸਲਰ ਦਾ, ਅਤੇ ਇਹ ਅੱਗੇ ਪਿੱਛੇ ਭੱਜੇ ਫਿਰਦੇ ਸੀ ਕਿਉਂਕਿ ਇਹਨਾਂ ਨੂੰ ਅੱਗੇ ਵੀ ਬਿਜ਼ਨਸ ਵੀ ਲੋੜ ਹੈ ਵੀ ਆਪਣੀਆਂ ਕਿੱਟੀ ਪਾਰਟੀ ਮੀਟਿੰਗਸ ਇੱਥੇ ਕਰੋ। ਅਤੇ ਲੇਕਿਨ ਇਹ ਸੀਨੀਅਰ ਸਿਟੀਜ਼ਨ ਅਗਰ ਉਹ ਸੂਫੀ ਸਿੰਗਿੰਗ ਦਾ ਸ਼ੌਕੀਨ ਹੈ, ਜੋ ਖੁਦ ਉਹ ਖੁਦ ਸਿੰਗਰ ਹੈ, ਉਹਨਾਂ ਨਾਲ ਲਾਉਣਾ ਕਰਕੇ ਉਹਨਾਂ ਨੇ ਅਟਵਾਲ ਸਾਹਿਬ ਦੀ ਤੋਹੀਨ ਕੀਤੀ ਹੈ, ਅਤੇ ਉਹਨਾਂ ਅਟਵਾਲ ਸਾਹਿਬ ਤੋਹੀਨ ਇਨਸਾਨੀ ਤੋਹੀਨ ਹੈ। ਵਾਹਿਗੁਰੂ ਖਾਲਸਾ ਵਾਹਿਗੁਰੂ।